ਸਟੇਟ ਨਾਲ ਮੁਤਾਲਬਾ ਇਹ ਜਾਇਜ਼ ਨਹੀਂ ਹੈ ਅਸਾਂ 1947 ਜਦੋਂ ਵੀ ਪਾਰਟੀਸ਼ਨ ਹੋਈ ਤਾਂ ਮੈਜਿਸ ਬਣਾਇਆ ਪਰ ਉਹ ਇਸੇ ਕਿ ਅਸਾਂ ਪਾਕਿਸਤਾਨ ਦੇ ਨਾਲ ਜਾਂ ਅਸਾਂ ਅਸਾਂ ਪਾਰਟ ਐਂਡ ਪਾਰਸਲ ਆ ਪਾਕਿਸਤਾਨ ਨਾਲ ਲਿਆਜ਼ਾ ਜਿਤਨੀਆਂ ਸਟਰਗਲਸ ਚੱਲੀਆਂ ਇਸ ਕਿਸਮ ਦੀਆਂ ਦੋ ਤਿੰਨ ਸ਼ੁਰੂ ਵਿੱਚ ਵੀ ਹੋਈਆਂ ਸਟਿਲ ਇੱਕ ਦੋ ਤਿੰਨ ਜਿਵੇਂ ਫੈਨ ਲੇਕਿਨ ਮੈਂ ਨਹੀਂ ਸਮਝਣਾ ਕਿ ਆਜ਼ਾਦ ਕਸ਼ਮੀਰ ਗਲਕਿਤ ਬਲਤਿਸਤਾਨ ਨੇ ਲੋਕਾਂ ਵੀ ਵਨ ਜਾਂ ਮਾਜਰੀਨ ਜਮੂਆ ਕਸ਼ਮੀਰ ਜਾਂ ਵੈਲੀ ਨੇ ਜਿਹੜੇ ਮਾਜਰੀਨ ਨਾਲ ਇਸ ਗੱਲ ਦੀ ਤਕਵੀਤ ਜਾਂ ਅਮੀਅਤ ਦਿੱਤੀ ਹੈ ਨਹੀਂ ਉਹ ਗੱਲ ਠੀਕ ਹੈ ਜਿਸ ਤਰ੍ਹਾਂ ਮੈਂ ਇਹ ਗੱਲ ਮੈਂ ਚੋਦੀ ਸਭ ਕੋਲ ਪੁੱਛਣਾ ਹੈ ਕਿ ਚੋਦੀ ਮੋਹਨ ਸਾਹਿਬ ਜਿਸ ਤਰ੍ਹਾਂ ਉਹ ਵੀ ਰਿਆਸ਼ੀ ਹਨ ਜਿਸ ਤਰ੍ਹਾਂ ਆਪਾਂ ਇੱਥੇ ਅਸਾਂ ਇੱਥੇ ਜਿਸ ਮੁਲਕ ਨੇ ਵਿੱਚ ਰਹਿਣੇ ਆ ਅਤਾ ਕਿ ਬੇਸ਼ੱਕ ਲਾਦਾ ਗਾਲੀ ਕੇ ਜਿਹੜੇ ਨੈਸ਼ਨਲਿਸਟ ਜਿਹੜੇ ਜਿਹੜੇ ਰੈਸਿਸਟ ਲੋਕ ਹਨ ਉਨਾਂ ਕੀ ਵੀ ਇਥਾ ਹੱਕ ਆ ਵੋਟ ਦਾ ਠੀਕ ਹੈ ਉਹਨਾਂ ਕੀ ਵੀ ਹੱਕ ਕਿ ਲੜਨੋ ਚਾਹੀਦਾ ਫਿਰ ਅਸਾਂ ਆਪਣੇ ਲੋਕਾਂ ਕੀ ਗਿਆਨ ਆਕ ਦੇ ਲੈ ਪਿਆ ਅਸਾਂ ਆਣੇ ਕਿ ਅਸਾਂ ਮਾਜਰਿਨ ਕੀ ਦੇਣੇ ਆ ਕੇ ਉਸ ਨੇ ਜੀ ਜਿਸ ਤਰ੍ਹਾਂ ਤੁਸੀਂ ਨੇ ਆਪਣੇ ਜਿਹੜਾ ਗਵਰਨਮੈਂਟ ਬਿਲਕੁਲ ਠੀਕ ਹੈ ਲੇਕਿਨ ਇਹ ਹੈ ਕਿ ਉਹ ਉਥਾ ਨੇ ਵੋਟਰ ਨੇ ਉਹ ਜਿਹੜਾ ਵੀ ਉਹਨਾਂ ਨੇ ਹਲਕੇ ਵਿੱਚ ਸਾਰੇ ਨੇ ਰਾਜਪੱਤੀਨ ਉਥਾ ਵੋਟ ਦੇ ਸਕਣੇ ਉਹਨਾਂ ਕੀ ਫ੍ਰੀਲੀ ਵੋਟ ਦੇਣ ਦਾ ਹੱਕ ਹੈ ਆਪਣਾ ਨੁਮਾਇੰਦਾ ਖੜਾ ਕਰ ਸਕਣੇ ਅੰਡਰ ਦੀ ਕਨਸਟੀਟਿਊਸ਼ਨ ਆਫ 1974 ਐਕਟ ਉਸ ਵੀ ਤਬਦੀਲੀ ਆਉਣੇ ਵਾਸਤੇ ਉਹ ਅਸੈਂਬਲੀ ਮਤਲਬ ਹੈ ਤਬਦੀਲੀ ਆ ਨਹੀਂ ਸਕਣੀ ਇਸ ਵਿੱਚ ਹਾਂਜੀ ਉਸੇ ਮੈਚ ਸਾਹਿਬ ਨੇ ਥੋੜੀ ਜੀ ਜੀ ਬਿਲਕੁਲ ਕਲੈਫਿਕੇਸ਼ਨ ਕਰਸਨ ਅਸਲ ਵਿੱਚ ਜਿਹੜਾ ਸੰਗਮੇਸ਼ ਸਵਾਲ ਲੈਣੀ ਚਾਹੀਦੀ ਸਵਾਲ ਜਿਹੜਾ ਆਇਆ ਇੱਕ ਬੜੇ ਜਨ ਨੇ ਵਿੱਚ ਜਿਹੜੇ ਨੈਸ਼ਨਲ ਪੇਪਰ ਜੋ ਤਾਂ ਫਾਇਲ ਕਰਨਾ ਚੋਇ ਸਾਹਿਬ ਨੇ ਥੋੜੀ ਮਾਦਦ ਦਾ ਦਰਸ ਕੇ ਲਈ ਹੈ ਐਗਨਾਈਟ 74 ਵਿੱਚ ਆ ਕੇ ਆਰੋਸ਼ਕ ਜਿਹੜਾ ਨਜ਼ਰੀਆ ਹੈ ਲਾ ਕੇ ਪਾਕਿਸਤਾਨ ਪਰ ਯਕੀਨ ਰੱਖਣਾ ਇਲੈਕਸ਼ਨ ਲੜ ਸੀ ਠੀਕ ਹੈ ਲਾਜ਼ਮ ਲਿਬਰੇਸ਼ਨ ਫਰੰਟ ਦਾ ਲੈਣ ਇਸ ਵਕਤ ਤੱਕ ਜਿਹੜਾ ਨਾ ਨਾਗਦੇਵ ਕੋ ਇਲਾਕੇ ਲੰਨੇ ਜਾਸਤ ਮਿਲੀ ਨੇ ਨਾ ਕੋ ਲੜੀ ਸਕਿਆ ਨੇ ਥੋੜੀ ਜੀ ਚੋਸ ਬਿਲਕੁਲ ਨਹੀਂ ਕੋਸ਼ਿਸ਼ ਕੀਤੀ ਲੜਨੀ ਉਹ ਨਹੀਂ ਇਸ ਕਰਕੇ ਕਿ ਮੈਂ ਮਦਰਬਾ ਇੱਕ ਉਸ ਐਕਟ ਨੇ ਵਾਲਾ ਨਾ ਮਤਲਬ ਗੱਲ ਕੀਤੀ ਕਿ ਜਬ ਤੱਕ ਉਸ ਅਗਰ ਉਸ ਐਮੈਂਡਮੈਂਟ ਹੋਇਆ ਤਾਂ ਮਤਲਬ ਐਸੈਂਬਲੀ ਕਰ ਸਕਨੀ ਤਦ ਦੀ ਜਾ ਕੇ ਮਦਰਬਾ ਅਗਰ ਕੋਈ ਦੂਸਰਾ ਉਸੇ ਤਰੀਕਾ ਕਰ ਰਾਜ ਕੀਤਾ ਜਾਏ ਤਾਂ ਮੈਂ ਸਮਝਦਾ ਹਾਂ ਕਿ ਮਤਲਬ ਲਿਬਰੇਸ਼ਨ ਫਰੰਟ ਦੀ ਅਕਤਾ ਅਸਲ ਹੈ ਉੱਥੇ ਸਾਰੇ ਮਤਲਬ ਵੋਟ ਦੇਣੇ ਚਲੋ ਠੀਕ ਹੈ ਇਸੇ ਲਾਪਰ ਸੋ ਸੋ ਚੋਈ ਸਭ ਤੁਸਾਂ ਕਸਵੇਂ ਹੋ ਕਿ ਅਗਰ ਜਿਸ ਤਰ੍ਹਾਂ ਇੱਕ ਪਿਛਲੇ ਸਾਢੇ ਕਾਲਰ ਸਨ ਬਲਕਿ ਉਹਨਾਂ ਤੋਂ ਪਹਿਲੇ ਮੈਂ ਪਿਛਲੇ ਪ੍ਰੋਗਰਾਮ ਨੇ ਕਾਲਰ ਤੋਂ ਪਹਿਲੇ ਮੈਂ ਚਾਹਵਾ ਸਕੇ ਮਸੂਦ ਰਾਣਾ ਸਾਹਿਬ ਜਿਹੜੇ ਮਲਕ ਮਸੂਦ ਰਾਣਾ ਸਾਹਿਬੇ ਉਹਨਾਂ ਅਵਰ ਸੀਜ਼ਨ ਦੇ ਵਾਲੇ ਨਾਲ ਵੀ ਇੱਕ ਪ੍ਰੋਪੋਜ਼ਲ ਦਿੱਤਾ ਵਾ ਉਹ ਵੀ ਤੁਕੀ ਇਨਸ਼ਾ ਅੱਲਾਹ ਪੇਸ਼ ਕਰ ਸਕਦਾ ਤੁਹੋਂ ਤੁਕੀ ਕਿ ਤੁਸਾਂ ਕਾਹਨਿਓ ਉਸਨੇ ਉਪਰ ਮਾਜਰੀ ਨਹੀਂ ਇਸੇ ਸਾ ਕੇ ਮਾਜਰੀ ਨਹੀਂ ਸੀਟਾ ਕੀ ਮਾਜਰੀ ਕੀ ਚੇਂਜ ਕਰੀਦਾ ਜਿਹੜਾ ਉਹ ਕਸ਼ਮੀਰ ਕੌਂਸਲਰ ਦੇ ਪਾਸੇ ਭੇਜਿਆ ਜਾਏ ਨਾ ਕੀ ਤੁਸਾਂ ਉਹਨਾਂ ਕੀ ਅਗਰ ਸੋਚਣੇ ਕਿ ਸਾਡੇ ਜਿਹੜੇ ਲਿਸਨਰਸ ਐਨ ਸਾਡੇ ਜਿਹੜੇ ਨਾਜ਼ਰੀਨ ਅਸਲ ਜਿਨ੍ਹਾਂ ਨੇ ਮਾਰੇ ਬੈਠਕ ਸਜਾਈ ਗਈ ਇਸ ਮਾਰੇ ਅਸਾਂ ਸੱਚੇ ਬਣੇ ਆ ਉਹਨਾਂ ਚੋਂ ਕੁਝ ਲੋਕਾਂ ਨਾਲ ਆਖਣਾ ਸਕੇ ਇਸ ਕੀ ਜੜਾ ਉਸ ਨੂੰ ਅਗੀ ਅਵਰਸੀਜ਼ਲੇ ਪਾਸੇ ਭੇਜੋ ਆਪਣੇ ਕਸ਼ਮੀਰ ਕੌਂਸਲ ਦੇ ਪਾਸੇ ਭੇਜੋ ਉਸ ਨੂੰ ਕੀ ਨਮਾਇੰਦਗੀ ਦੇਣੀ ਹੈ ਤਾਂ ਉਸ ਨੂੰ ਕਸ਼ਮੀਰ ਕੌਂਸਲ ਕੀ ਨਮਾਇੰਦਗੀ ਦੇਣੀ ਹੈ ਮੈਂ ਇਸ ਗੱਲ ਨਾਲ ਇਤفاق ਨਹੀਂ ਕਰਨਾ ਬਹਿਰਾ ਨੁਕਤਾ ਨਜ਼ਰ ਇਹ ਨਹੀਂ ਹੈ ਕਿ ਉਹਨਾਂ ਨੂੰ ਨਮਾਇੰਦਗੀ ਨਾ ਦਿੱਤੀ ਜਾਏ ਜੜਾ ਉਹਨਾਂ ਦਾ ਪੈਟਰਨ ਆ ਵੋਟ ਹੈ ਜੀ ਇਲੈਕਸ਼ਨਸ ਦਾ ਜਿਹੜਾ ਤਰੀਕਾਕਾਰ ਹੈ ਮੈਂ ਉਸ ਨਾਲ ਇਤਰਾਫ ਹੈ ਠੀਕ ਹੈ ਉਹ ਮੈਂ ਪਹਿਲੇ ਡਿਟੇਲ ਹੀ ਗਿਆ ਇਹ ਗੱਲਾਂ ਜਿਹੜੀਆਂ ਪ੍ਰੈਕਟੀਕਲੀ ਆਜ਼ਾਦ ਕਸ਼ਮੀਰ ਦੇ ਅੰਦਰ ਹੋਈਆਂ ਮੇਰਾ ਪੁਆਇੰਟ ਹੈ ਵੀ ਅਗ ਜਿਸ ਤਰ੍ਹਾਂ ਓਵਰ ਸੀਜ਼ ਨਾਲ ਇੱਕ ਸੀਟ ਹੈ ਆਜ਼ਾਦ ਕਸ਼ਮੀਰ ਅਸੈਂਬਲੀ ਇਲੈਕਟ ਕਰਨੀ ਠੀਕ ਹੈ 14 ਜਾਂ 5 ਸੀਟਾਂ ਟੈਕਨੋਕ੍ਰੇਟ ਦੀ ਸੀਟ 12 ਮਾਮ ਸ਼aikh ਦੀ ਸੀਟ ਪਪੂਲੇਸ਼ਨ ਵਾਈਜ਼ ਜਿਹੜਾ ਨਾ ਆਜ਼ਾਦ ਕਸ਼ਮੀਰ ਅਸੈਂਬਲੀ ਦੇ ਅੰਦਰ ਉਹਨਾਂ ਨੂੰ ਉਹ ਸਟੇਟਸ ਹੋਣਾ ਚਾਹੀਦਾ ਜਿੰਨਾ ਉਹਨਾਂ ਨੇ ਸ਼ੇਅਰ ਬਣਨਾ ਠੀਕ ਹੈ ਅਗਰ 12 ਸੀਟਾਂ ਬਣਨੀਆਂ ਤਾਂ ਬਾਹਰ ਨਹੀਂ ਉਹਨਾਂ ਦਿੱਤੀਆਂ ਜਾਂ 13 ਬਣਨੀਆਂ 13 ਦਿੱਤੀਆਂ ਜਾਣ ਜਿਹੜਾ ਉਹਨਾਂ ਦਾ ਇਲੈਕਟੋ ਕਾਲਜ ਜਿਹੜਾ ਵਾ ਉਹ ਆਜ਼ਾਦ ਕਸ਼ਮੀਰ ਲੈਜਿਸਲੇ